केपीडी न्यूज, हक सच और इंसाफ की आवाज। ਅੰਮ੍ਰਿਤਸਰ ਵਿੱਚ ਹੋਏ ਬੰਬ ਬਲਾਸਟ ਨੂੰ ਲੈ ਕੇ ਜਲੰਧਰ ਪੁਲਿਸ ਹੋਰ ਵੀ ਜ਼ਿਆਦਾ ਅਲਰਟ ਹੋ ਚੁੱਕੀ ਹੈ। ਅੱਜ ਜਲੰਧਰ ਪੁਲਿਸ ਵੱਲੋਂ ਜੋਤੀ ਚੌਂਕ ਦੇ ਭੀੜ ਭਾੜ ਵਾਲੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਦੁਕਾਨਾਂ ਵਿੱਚ ਜੋ ਕਰਮਚਾਰੀ ਉਹਨਾਂ ਨੇ ਕੰਮ ਕਰਨ ਲਈ ਰੱਖੇ ਹਨ ਉਹਨਾਂ ਦੇ ਆਈਡੀ ਪਰੂਫ, ਫੋਨ ਨੰਬਰ ਅਤੇ ਵੋਟਰ ਕਾਰਡ ਜ਼ਰੂਰ ਲੈਣ ਅਤੇ ਇੱਕ ਪਰੂਫ ਪੁਲਿਸ ਸਟੇਸ਼ਨ ਵਿੱਚ ਵੀ ਜਮ੍ਹਾਂ ਕਰਵਾਉਣ ਤਾਂ ਜੋ ਜੇਕਰ ਕੱਲ੍ਹ ਕੋਈ ਵੀ ਵਰਕਰ ਦੁਕਾਨ ਵਿੱਚ ਚੋਰੀ ਕਰਦਾ ਹੈ ਜਾਂ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਪੁਲਿਸ ਨੂੰ ਉਸ ਨੂੰ ਫੜਨ ਵਿੱਚ ਆਸਾਨੀ ਹੋ ਸਕੇ। ਅਤੇ ਪੁਲਿਸ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਇਹ ਵੀ ਵਾਰਨਿੰਗ ਦਿੱਤੀ ਕਿ ਉਹ ਆਪਣੀ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਜੇਕਰ ਕੋਈ ਗਲਤ ਜਾਂ ਸ਼ੱਕੀ ਵਸਤੂ ਭੀੜ ਭਾੜ ਵਾਲੀ ਜਗ੍ਹਾ ਵਿੱਚ ਰੱਖ ਦਿੰਦਾ ਹੈ ਤਾਂ ਪੁਲਿਸ ਨੂੰ ਸੂਚਿਤ ਕਰੇ। ਪ੍ਰਸ਼ਾਸਨ ਨੇ ਕਿਹਾ ਕਿ ਅਗਰ ਦੁਕਾਨਦਾਰ ਉਹਨਾਂ ਦੀ ਵਾਰਨਿੰਗ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਤਾਂ ਉਹਨਾਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। ਅਸੀਂ ਅੱਜ ਜਿਹੜਾ ਆਪਣੇ ਜਿਹੜੇ ਸਾਡੇ ਭੀੜ ਭੱਟੇ ਵਾਲੇ ਏਰੀਏ ਆ ਜਿਹੜੇ ਟਾਈ ਦਾ ਉਹਨਾਂ ਦੇ ਵਿੱਚ ਸਪੈਸ਼ਲ ਜਿਹੜੇ ਅੱਜ ਨਾਲ ਆਪਣੇ ਨਾਲ ਉਹਨਾਂ ਦੇ ਜਿਹੜੀ ਸਾਡੇ ਕੋਲ ਰਿਜ਼ਰਵ ਫੋਰਸ ਖੜ੍ਹੀ ਆ ਉਹਨਾਂ ਨੂੰ ਲੈ ਕੇ ਅਸੀਂ ਪੂਰਾ ਇਸ ਏਰੀਏ 'ਚ ਗਏ ਹਾਂ। ਲੋਕਾਂ ਨੂੰ ਅਵੇਅਰਨੈਸ ਕੀਤਾ ਆ ਕਿ ਇੱਕ ਤਾਂ ਜਿਹੜੇ ਇਹਨਾਂ ਦੇ ਆਪਣੇ ਵਰਕਰ ਕੰਮ ਕਰ ਰਹੇ ਆ ਉਹਨਾਂ ਸਾਨੂੰ ਸਾਰੀਆਂ ਉਹਨਾਂ ਦੀਆਂ ਲਿਸਟਾਂ ਦੇਣ ਚਾਹੇ ਉਹ ਕਿਸੇ ਵੀ ਜਗ੍ਹਾ ਦੇ ਰਹਿਣ ਵਾਲੇ ਆ ਤਾਂ ਜੋ ਕਿ ਉਹਨਾਂ ਨੂੰ ਆਪਣੇ ਰਜਿਸਟਰ ਕੀਤਾ ਜਾਵੇ ਅਤੇ ਕੱਲ੍ਹ ਨੂੰ ਕਿ ਕੋਈ ਦੁਕਾਨ ਦੇ ਉੱਤੇ ਕੋਈ ਚੋਰੀ ਕਰਦਾ ਜਾਂ ਕੋਈ ਵਾਰਦਾਤ ਕਰਦਾ ਤਾਂ ਇਮੀਡੀਏਟ ਪੁਲਿਸ ਨੂੰ ਜਿਹੜਾ ਫੰਡ ਵਾਸਤੇ ਸੌਖਾ ਕੰਮ ਹੋਇਆ। ਸੈਕੰਡ ਇਹਨਾਂ ਨੂੰ ਇਹ ਵੀ ਅਵੇਅਰ ਕੀਤਾ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਰੱਖਣ ਆਮ ਤਾਂ ਜੋ ਕਿ ਇਹਨਾਂ ਦੇ ਜਿਹੜੇ ਗਾਹਕ ਆ ਰਹੇ ਆ ਜਾਂ ਜਿਹੜੇ ਪਬਲਿਕ ਵਾਲਾ ਪਬਲਿਕ ਜਾ ਰਹੀ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਪੈਦਾ ਹੋਵੇ ਕਿਉਂਕਿ ਜ਼ਿਆਦਾ ਟਾਈਟ ਏਰੀਆ ਹੋਣ ਕਰਕੇ ਜੇ ਸਮਾਨ ਦੁਕਾਨਦਾਰ ਆਪਣਾ ਅੰਦਰ ਰੱਖਣਗੇ ਤਾਂ ਆਟੋਮੈਟਿਕ ਲੋਕ ਵੀ ਆਉਣਗੇ ਔਰ ਕੱਲ੍ਹ ਨੂੰ ਕੋਈ ਇੱਦਾਂ ਦੀ ਸ਼ੱਕੀ ਚੀਜ਼ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਵਸਤੂ ਕੋਈ ਰੱਖ ਦਿੰਦਾ ਤਾਂ ਵੀ ਜਿਹੜੀ ਪਬਲਿਕ ਦੇਖ ਕੇ ਦੇਖੋ ਇਹਨਾਂ ਨੂੰ ਅਸੀਂ ਲਗਾਤਾਰ ਅਵੇਅਰ ਕਰਦੇ ਹੁਣ ਅਸੀਂ ਅੱਗੇ ਤੋਂ ਨਾਲ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਸਾਡੇ ਨਾਲ ਹੋਣਗੀਆਂ ਅਤੇ ਡਿਊਟੀ ਦੇ ਬੇਸਿਕਲੀ ਉਹਨਾਂ ਦੀ ਜਾਂ ਨਾਲ ਸਮਾਨ ਦੀ ਸਾਰੇ ਰੋਕੀ ਹੈ ਕਰਨੀ ਉਹਨਾਂ ਨੂੰ ਨਾਲ ਦੇਵਾਂਗੇ। ਜਿਹੜਾ ਕੋਈ ਇੱਦਾਂ ਦਾ ਕਰਦਾ ਫਿਰ ਉਹਨੂੰ ਕਹੂੰਗੇ ਆਪਣਾ ਇਹ ਸਮਾਨ ਜੋ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਨੀ ਜ਼ਬਤ ਕਰਨਾ ਜਾਂ ਜੋ ਵੀ ਕਰਨਾ ਉਹ ਦੇਖੀ ਜਾਏ। ਥੈਂਕ ਯੂ ਸਰ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।